ਅੱਜ ਮੈਂ ਜਿਹੜਾ ਲਸਣ ਦਾ ਅਚਾਰ ਤਿਆਰ ਕੀਤਾ ਸੀਗਾ ਤਾਂ ਕਿੰਨਾ ਵਧੀਆ ਬਣਿਆ ਅਤੇ ਤੁਸੀਂ ਵੀ ਜ਼ਰੂਰ ਤਿਆਰ ਕਰੋ ਅਤੇ ਤੁਹਾਡਾ ਕਿਸ ਤਰ੍ਹਾਂ ਦਾ ਬਣਿਆ ਉਹ ਵੀ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਲਾਈਕ ਕਰੋ ਮੇਰੇ ਨਾਲ ਜੁੜੇ ਰਹੋ ਆਹ ਦੇਖੋ ਜਿਹੜਾ ਮੈਂ ਲਸਣ ਲਿਆ ਸੀਗਾ ਮੈਂ 200 ਗ੍ਰਾਮ ਉਹਨੂੰ ਮੈਂ ਚੰਗੀ ਤਰ੍ਹਾਂ ਛਿੱਲ ਲਿਆ ਸੀਗਾ ਅਤੇ ਜਿਹੜੀ ਮੋਟੀ ਪੀਸ ਸੀਗੇ ਉਹਨਾਂ ਦੇ ਮੈਂ ਦੋ ਕਰ ਲਏ ਅਤੇ ਜਿਹੜੇ ਪਤਲੇ ਸੀਗੇ ਉਹ ਮੈਂ ਕੁੱਟੇ ਰਹਿਣ ਤੇ ਮੈਂ ਸੌਂਫ ਲਈ ਹੈ 2 ਚਮਚ ਮੇਥੀ ਦਾਣਾ ਅਤੇ 1 ਚਮਚ ਕਾਲੀ ਸਰੋਂ ਇਹ ਮੈਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਜਿਹੜਾ ਇਹਨਾਂ ਨੂੰ ਭੁੰਨ ਲਵਾਂਗਾ ਮਤਲਬ ਇਹਨਾਂ ਦੀ ਜਿਹੜੀ ਹਲਕੀ ਨਵੀਂ ਚੀਜ਼ ਆ ਉਹ ਕੱਢ ਲਵਾਂਗਾ ਸਾੜਨੇ ਨਹੀਂ ਹੈਗੇ ਬਸ ਹਲਕੇ ਜਿਹੇ ਭੁੰਨਣੇ ਹੈ ਮਸਾਲੇ ਆਪਣੇ ਭੁੱਜ ਗਏ ਨੇ ਮਸਾਲੇ ਜਿਹੜੇ ਉਹ ਸਾਈਡ 'ਤੇ ਕੱਢ ਲਏ ਆ ਜਦ ਤੱਕ ਮਸਾਲੇ ਠੰਡੇ ਹੁੰਦੇ ਆ ਉਦੋਂ ਤੱਕ ਆਪਾਂ ਲਸਣ ਥੋੜ੍ਹਾ ਹਲਕਾ ਜਿਹਾ ਫਰਾਈ ਕਰ ਲਾਂਗੇ ਇਹਦੇ ਲਈ ਮੈਂ ਤੇਲ ਲਿਆ 2 ਕੜਛੀਆਂ ਹਿੰਗ 1 ਚਮਚ ਅਤੇ ਕਲੌਂਜੀ 1 ਤੋਂ 1.5 ਚਮਚ ਇਹਨਾਂ ਮੈਂ ਚੰਗੀ ਤਰ੍ਹਾਂ ਭੁੰਨ ਲਵਾਂਗਾ ਕਸ਼ਮੀਰੀ ਮਿਰਚ ਰੰਗ ਲਈ ਪਾਈ ਹੈ ਮੈਂ ਅਤੇ ਲਸਣ ਹੈ ਇਹਨੂੰ ਭੁੰਨ ਲਵਾਂਗਾ ਇਹਨੂੰ ਜ਼ਿਆਦਾ ਗਾਲਣਾ ਨਹੀਂ ਹੈਗਾ ਤਾਂ ਮੀਡੀਅਮ ਜਿਹਾ ਰੱਖਣਾ ਇਹ ਆਪਣੇ ਠੰਡੇ ਹੋ ਗਏ ਇਹਨਾਂ ਨੂੰ ਮੈਂ ਗ੍ਰਾਇੰਡ ਕਰ ਲਊਂਗਾ ਦਰਦਰਾ ਜਿਹਾ ਗ੍ਰਾਇੰਡ ਕਰਨਾ ਬਿਲਕੁਲ ਪਾਊਡਰ ਨਹੀਂ ਬਣਾਉਣਾ ਪਾਊਡਰ ਜਿਹੜਾ ਉਹ ਨੀਚੇ ਬੈਠ ਜਾਂਦਾ ਤਾਂ ਮੈਂ ਦਰਦਰਾ ਜਿਹਾ ਇਹਨੂੰ ਗ੍ਰਾਇੰਡ ਕਰ ਲਿਆ ਜਿਹੜਾ ਲਸਣ ਆਪਣਾ ਉਹ ਵੀ ਤਿਆਰ ਹੀ ਹੈ ਇਹਨੂੰ ਆਪਾਂ ਚੈੱਕ ਕਰ ਲਵਾਂਗੇ ਦੇਖੋ ਜਿਹੜਾ ਗਲ ਗਿਆ ਇਹ ਥੋੜ੍ਹਾ ਜਿਹੜਾ ਕੱਚਾ ਪਾਣੀ ਦਾ ਨਿਕਲ ਜਾਂਦਾ ਅਤੇ ਜਿਹੜੇ ਆਪਾਂ ਸਾਰੇ ਮਸਾਲੇ ਐਡ ਕਰ ਲਵਾਂਗੇ ਐਡ ਕਰਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਜਿਹੜਾ ਮੈਂ ਨਮਕ ਪਾਇਆ 1 ਚਮਚ ਤੁਸੀਂ ਆਪਣੇ ਸਵਾਦ ਅਨੁਸਾਰ ਜਿੰਨਾ ਤੁਸੀਂ ਖਾਂਦੇ ਤਿੱਖਾਪਨ ਜਾਂ ਹਲਕਾ ਉਨਾ ਤੁਸੀਂ ਪਾ ਸਕਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਕੁ ਤੇਜ਼ ਨਮਕ ਤੁਸੀਂ ਖਾਂਦੇ ਹੋ ਉਨਾ ਕੁ ਪਾ ਲਓ ਹਲਦੀ 1 ਚਮਚ ਲਾਲ ਮਿਰਚ ਪਾਈ ਹੈ ਮੈਂ ਥੋੜ੍ਹਾ ਤਿੱਖਾਪਨ ਕਰਨ ਲਈ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿੰਨਾ ਕੁ ਤੁਸੀਂ ਤਿੱਖਾ ਪਚਾ ਖਾਂਦੇ ਹੋ ਇਹ ਮੈਂ ਥੋੜ੍ਹਾ ਹੀ ਪਾਇਆ ਸੀਗਾ ਹਫ਼ਤੇ 10 ਦਿਨ 'ਚ ਖਤਮ ਹੋ ਜਾਏਗਾ ਫਿਰ ਪਾ ਲਓ ਮੈਂ ਨਿੰਬੂ ਦਾ ਰਸ ਪਾਇਆ 1 ਚਮਚ ਤੋਂ 1.5 ਚਮਚ ਜਿਹੜਾ ਉਹ ਮੈਂ ਸਿਰਕਾ ਪਾਇਆ ਅਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੈਂ ਗੈਸ ਬੰਦ ਕੀਤੀ ਹੋਈ ਸੀਗੀ ਸਿਰਕਾ ਅਤੇ ਨਿੰਬੂ ਜਿਹੜਾ ਮੈਂ ਗੈਸ ਬੰਦ ਕਰਕੇ ਹੀ ਪਾਇਆ ਸੀ ਮਿਲਦੇ ਹਾਂ ਆਪਾਂ ਅਗਲੇ ਰੈਸਪੀ ਦੇ ਨਾਲ